ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਵਿਰੋਧ ਹੋ ਰਿਹਾ ਹੈਗਾ, ਤੁਹਾਨੂੰ ਕੀ ਲੱਗਦਾ ਕਿ ਇਸੇ ਤਰ੍ਹਾਂ ਬੋਲ ਰਹੇ ਸੁਝਾਅ? ਨਹੀਂ ਜੀ, ਮੇਰੇ ਡੈਡ ਇੰਨੇ ਪਿਆਰੇ ਨੇ, ਉਹਨਾਂ ਨੇ ਪਿਆਰ ਨਾਲ ਸਾਰਿਆਂ ਨੂੰ ਮਨਾ ਲੈਣਾ, ਮੈਨੂੰ ਪਤਾ ਹੈ। ਔਰ ਸਾਡੀ ਫੈਮਿਲੀ ਦਾ ਇਹੀ ਦਸਤੂਰ ਆ, ਇਹੀ ਰਿਵਾਜ਼ ਆ ਕਿ ਰੁੱਸੇ ਨੂੰ ਪਿਆਰ ਨਾਲ ਮਨਾ ਲਈਦਾ ਜਾਂ ਗਾ ਕੇ ਮਨਾ ਲਈਦਾ ਸੀ, ਅਤੇ ਇਹੀ ਕੋਸ਼ਿਸ਼ ਕਰ ਰਹੇ। ਤੁਸੀਂ ਹੰਸਰਾਜ ਦੇ ਬੇਟੇ ਹੋ, ਅੱਜ ਉਹਨਾਂ ਦੀ ਸਪੋਰਟ ਕਰ ਰਹੇ ਹੋ, ਵਿਰੋਧ ਹੋ ਰਿਹਾ, ਕਿਉਂ ਹੋ ਰਿਹਾ ਵਿਰੋਧ? ਵਿਰੋਧ ਮੈਨੂੰ ਆਪ ਨਹੀਂ ਸਮਝ ਆ ਰਹੀ ਸੀ ਕਿਉਂ ਹੋ ਰਿਹਾ, ਬਟ ਚਲੋ ਜੋ ਵਿਰੋਧ ਕਰ ਵੀ ਰਹੇ ਨੇ ਤੇ ਮੈਂ ਕਹਿੰਦਾ ਠੀਕ ਹੈ, ਉਹਨਾਂ ਦਾ ਰਾਈਟ ਹੈ ਜੀ ਵਿਰੋਧ ਕਰਨਾ, ਬਟ ਕੁਛ ਤਰੀਕਾ ਉਹਨਾਂ ਦਾ ਮੈਨੂੰ ਸਾਰਿਆਂ ਨੂੰ ਨਹੀਂ ਸ਼ੋਭਾ ਦੇ ਰਿਹਾ ਜਾਂ ਅੱਛਾ ਨਹੀਂ ਲੱਗ ਰਿਹਾ। ਮੈਂ ਇਹੀ ਅਪੀਲ ਕਰੂੰਗਾ ਤੁਹਾਡੇ ਆਪਣੇ ਬੱਚਿਆਂ ਦੀ, ਅਸੀਂ ਪੰਜਾਬ ਨੇ ਸਾਨੂੰ ਬਹੁਤ ਕੁਛ ਦਿੱਤਾ, ਹਮੇਸ਼ਾ ਹੀ ਪਿਆਰ ਸਤਿਕਾਰ ਹਰ ਕੁਛ ਦਿੱਤਾ, ਅਤੇ ਜੇ ਤੁਹਾਨੂੰ ਲੱਗਦਾ ਵੀ ਕੁਛ ਗਲਤ ਆ ਜਾਂ ਇਹ ਆ ਤਾਂ ਆਪ ਜੋੜ ਕੇ ਮਾਫ਼ੀ ਆ। ਤੁਸੀਂ ਕਹਿ ਰਹੇ ਹੋ ਰਾਈਟ ਆ ਉਹਨਾਂ ਦਾ, ਕੀ ਰਾਈਟ ਆ, ਕਿਉਂ ਕੀ ਮੰਗਾਂ ਨੇ ਜੀ ਕਿਸਾਨਾਂ ਨੂੰ ਮੰਗ ਰਹੇ ਨੇ? ਮੈਨੂੰ ਨਹੀਂ ਪਤਾ ਜੀ ਕੀ ਮੰਗ ਰਹੇ ਨੇ ਉਹ, ਬਟ ਮੈਂ ਇਹੀ ਕਹਿੰਦਾ ਕਿ ਦੇਖੋ ਕੁਛ ਲਿਮਿਟਿਡ ਜਿਹੜੇ ਹੈਗੇ ਨੇ ਲੋਕ, ਉਹ ਇੱਕ ਪ੍ਰੋਪਗੰਡਾ ਵੀ ਚਲਾ ਰਹੇ ਨੇ ਕੁਛ ਉਹਨਾਂ ਦੇ ਖਿਲਾਫ਼, ਕਿ ਕਿਉਂਕਿ ਕੈਂਡੀਡੇਟਸ ਤਾਂ ਹੋਰ ਵੀ ਬਹੁਤ ਨੇ, ਬਟ ਜ਼ਿਆਦਾ ਉਹਨਾਂ ਦਾ ਹੀ ਹੋ ਰਿਹਾ, ਤਾਂ ਕਰਕੇ ਕੱਲ੍ਹ ਇਮੋਸ਼ਨਲ ਵੀ ਹੋ ਗਏ ਸੀਗੇ ਕਿ ਕਿਉਂ ਮੇਰੇ ਨਾਲ ਹੀ ਕਿਉਂ ਇੱਦਾਂ ਕਰ ਰਹੇ। ਬਸ ਸਾਨੂੰ ਇਹੀ ਆ, ਬੀਇੰਗ ਅ ਸਨ, ਮੈਂ ਉਹਨਾਂ ਦੇ ਨਾਲ ਖੜਾ ਹਾਂ, ਉਹਨਾਂ ਦੀ ਕੈਂਪੇਨਿੰਗ 'ਤੇ ਆਇਆ। ਬਸ ਮੈਂ ਇਹੀ ਕਹਿ ਰਿਹਾ, ਜੋ ਵੀ ਤੁਹਾਡੀਆਂ ਮੰਗਾਂ ਨੇ ਇੱਕ ਵਾਰੀ ਸਾਨੂੰ ਪਾਵਰ 'ਚ ਲਿਆਓ, ਅਸੀਂ ਕੋਸ਼ਿਸ਼ ਕਰਾਂਗੇ ਜੀ ਜੋ ਵੀ ਤੁਹਾਡੇ ਕਿੱਸੇ ਗਿਲੇ ਆ। ਤੁਸੀਂ ਅੱਜ ਕਾਫ਼ੀ ਲੋਕਾਂ ਨੂੰ ਮਿਲੋ, ਕਿਸ ਤਰ੍ਹਾਂ ਦਾ ਪਿਆਰ ਲੋਕਾਂ ਦੇ? ਬਹੁਤ ਅੱਛਾ, ਮੈਂ ਜਿਵੇਂ ਦੱਸਿਆ ਜੀ ਮੋਗੇ ਦੂਜੀ ਵਾਰੀ ਆਇਆ, ਪਹਿਲੀ ਵਾਰੀ ਮੈਂ ਉਦੋਂ ਆਇਆ ਸੀ ਜਦੋਂ ਮੇਰੀ ਫਿਲਮ ਸਟਾਰਟ ਹੋਣੀ ਸੀ ਬੁਰਰਾ, ਅਤੇ ਅੱਜ ਦੂਜੀ ਵਾਰ ਮੈਨੂੰ ਮੌਕਾ ਮਿਲਿਆ ਮੋਗੇ ਆਉਣ ਦਾ। ਬੜੇ ਪਿਆਰੇ ਲੋਕ ਨੇ ਇੱਥੇ, ਉਦੋਂ ਵੀ ਬਹੁਤ ਪਿਆਰ ਮਿਲਿਆ ਸੀ ਅਤੇ ਅੱਜ ਵੀ ਬਹੁਤ ਪਿਆਰ ਮਿਲ ਰਿਹਾ। ਕਿਸਾਨੀ ਘਾਲੇ ਦੌਰਾਨ ਇੱਕ ਕਿਸਾਨ ਦੀ ਜਦੋਂ ਮੌਤ ਹੋਈ ਸੀਗੀ, ਉਦੋਂ ਉਹਨਾਂ ਨੇ ਕਿਸਾਨਾਂ ਨੇ ਕਾਫ਼ੀ ਰੂਪ ਮੋਦੀ ਤੋਂ ਮੰਗਾਂ ਮੰਗਵਾਈਆਂ ਸੀ, ਕੁਛ ਉਹਨਾਂ ਨੇ ਮੰਗੀਆਂ ਗਈਆਂ ਸੀ, ਕੁਛ ਰਹਿੰਦੇ ਹੈ। ਉਸੇ ਦੌਰਾਨ ਉਹਨਾਂ ਦੀਆਂ ਕਿਸਾਨੀ ਮੰਗਾਂ ਹਜੇ ਤੱਕ ਬਰਕਰਾਰ ਹੈ, ਇਹ ਮੰਗਾਂ ਇਹਨਾਂ ਕੋਲ ਪਹੁੰਚਿਆ। ਮੈਂ ਉਹੀ ਕਹਿ ਰਿਹਾ ਕਿ ਇੱਕ ਡੈਡ ਨੇ ਵੀ ਉਸ ਦਿਨ ਕਿਹਾ ਸੀਗਾ ਕਿ ਤੁਸੀਂ ਐਟਲੀਸਟ ਮੈਨੂੰ ਮੌਕਾ ਤਾਂ ਦਿਓ, ਇੱਕ ਤੁਸੀਂ ਸਾਰਿਆਂ ਨੂੰ ਮੌਕਾ ਦਿੱਤਾ ਜੀ, ਦੇਖ ਕੇ ਮੌਕਾ ਦੇ ਕੇ ਦੇਖਿਆ ਵੀ ਆ। ਔਰ ਮੈਨੂੰ ਇਹ ਵੀ ਪਤਾ ਡੈਡੀ ਜੀ ਨੇ ਹਮੇਸ਼ਾ ਹੱਕ ਸੱਚ ਦੀ ਲੜਾਈ ਲੜੀ ਆ, ਚਾਹੇ ਉਹ ਕੁਛ ਵੀ ਹੋਣ, ਇਟਸ ਨੋਟ ਅਬਾਊਟ ਪਾਰਟੀ ਜਾਂ ਕੁਛ ਵੀ। ਇੱਕ ਵਾਰੀ ਸਾਡੇ ਹੱਥ ਪਾਵਰ ਹੋਊਗੀ, ਤੁਸੀਂ ਕਹਿਣ ਜੋਗੇ ਤਾਂ ਹੋਵਾਂਗੇ ਉਹਨਾਂ ਨੂੰ ਕਿ ਜੋ ਵੀ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਣ। ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਵਿਰੋਧ ਹੋ ਰਿਹਾ ਹੈਗਾ, ਤੁਹਾਨੂੰ ਕੀ ਲੱਗਦਾ ਕਿ ਇਸੇ ਤਰ੍ਹਾਂ ਬੋਲ ਰਹੇ ਸੁਝਾਅ? ਨਹੀਂ ਜੀ, ਮੇਰੇ ਡੈਡ ਇੰਨੇ ਪਿਆਰੇ ਨੇ, ਉਹਨਾਂ ਨੇ ਪਿਆਰ ਨਾਲ ਸਾਰਿਆਂ ਨੂੰ ਮਨਾ ਲੈਣਾ, ਮੈਨੂੰ ਪਤਾ ਹੈ। ਔਰ ਸਾਡੀ ਫੈਮਿਲੀ ਦਾ ਇਹੀ ਦਸਤੂਰ ਆ, ਇਹੀ ਰਿਵਾਜ਼ ਆ ਕਿ ਰੁੱਸੇ ਨੂੰ ਪਿਆਰ ਨਾਲ ਮਨਾ ਲਈਦਾ ਜਾਂ ਗਾ ਕੇ ਮਨਾ ਲਈਦਾ ਸੀ, ਅਤੇ ਇਹੀ ਕੋਸ਼ਿਸ਼ ਕਰ ਰਹੇ। ਤੁਸੀਂ ਹੰਸਰਾਜ ਦੇ ਬੇਟੇ ਹੋ, ਅੱਜ ਉਹਨਾਂ ਦੀ ਸਪੋਰਟ ਕਰ ਰਹੇ ਹੋ, ਵਿਰੋਧ ਹੋ ਰਿਹਾ, ਕਿਉਂ ਹੋ ਰਿਹਾ ਵਿਰੋਧ? ਵਿਰੋਧ ਮੈਨੂੰ ਆਪ ਨਹੀਂ ਸਮਝ ਆ ਰਹੀ ਸੀ ਕਿਉਂ ਹੋ ਰਿਹਾ, ਬਟ ਚਲੋ ਜੋ ਵਿਰੋਧ ਕਰ ਵੀ ਰਹੇ ਨੇ ਤੇ ਮੈਂ ਕਹਿੰਦਾ ਠੀਕ ਹੈ, ਉਹਨਾਂ ਦਾ ਰਾਈਟ ਹੈ ਜੀ ਵਿਰੋਧ ਕਰਨਾ, ਬਟ ਕੁਛ ਤਰੀਕਾ ਉਹਨਾਂ ਦਾ ਮੈਨੂੰ ਸਾਰਿਆਂ ਨੂੰ ਨਹੀਂ ਸ਼ੋਭਾ ਦੇ ਰਿਹਾ ਜਾਂ ਅੱਛਾ ਨਹੀਂ ਲੱਗ ਰਿਹਾ। ਮੈਂ ਇਹੀ ਅਪੀਲ ਕਰੂੰਗਾ ਤੁਹਾਡੇ ਆਪਣੇ ਬੱਚਿਆਂ ਦੀ, ਅਸੀਂ ਪੰਜਾਬ ਨੇ ਸਾਨੂੰ ਬਹੁਤ ਕੁਛ ਦਿੱਤਾ, ਹਮੇਸ਼ਾ ਹੀ ਪਿਆਰ ਸਤਿਕਾਰ ਹਰ ਕੁਛ ਦਿੱਤਾ, ਅਤੇ ਜੇ ਤੁਹਾਨੂੰ ਲੱਗਦਾ ਵੀ ਕੁਛ ਗਲਤ ਆ ਜਾਂ ਇਹ ਆ ਤਾਂ ਆਪ ਜੋੜ ਕੇ ਮਾਫ਼ੀ ਆ। ਤੁਸੀਂ ਕਹਿ ਰਹੇ ਹੋ ਰਾਈਟ ਆ ਉਹਨਾਂ ਦਾ, ਕੀ ਰਾਈਟ ਆ, ਕਿਉਂ ਕੀ ਮੰਗਾਂ ਨੇ ਜੀ ਕਿਸਾਨਾਂ ਨੂੰ ਮੰਗ ਰਹੇ ਨੇ? ਮੈਨੂੰ ਨਹੀਂ ਪਤਾ ਜੀ ਕੀ ਮੰਗ ਰਹੇ ਨੇ ਉਹ, ਬਟ ਮੈਂ ਇਹੀ ਕਹਿੰਦਾ ਕਿ ਦੇਖੋ
ਕੁਛ ਲਿਮਿਟਿਡ ਜਿਹੜੇ ਹੈਗੇ ਨੇ ਲੋਕ ਉਹ ਇੱਕ ਪ੍ਰੋਪਗੈਂਡਾ ਵੀ ਚਲਾ ਰਹੇ ਨੇ ਕਿਸਾਨਾਂ ਦੇ ਖਿਲਾਫ ਕਿ ਕਿਉਂਕਿ ਕੈਂਡੀਡੇਟਸ ਤਾਂ ਹੋਰ ਵੀ ਬਹੁਤ ਨੇ ਬਟ ਜ਼ਿਆਦਾ ਉਹਨਾਂ ਦਾ ਹੀ ਹੋ ਰਿਹਾ ਅਤੇ ਤਾਂ ਕਰਕੇ ਕੱਲ੍ਹ ਇਮੋਸ਼ਨਲ ਵੀ ਹੋ ਗਏ ਸੀਗੇ ਕਿ ਕਿਉਂ ਮੇਰੇ ਨਾਲ ਹੀ ਕਿਉਂ ਇੱਦਾਂ ਕਰ ਰਹੇ ਬਸ ਸਾਨੂੰ ਇਹੀ ਆ ਬੀਇੰਗ ਅ ਸਨ ਮੈਂ ਉਹਨਾਂ ਦੇ ਨਾਲ ਖੜਾ ਹਾਂ ਉਹਨਾਂ ਦੀ ਕੈਂਪੇਨਿੰਗ 'ਤੇ ਆਇਆ ਬਸ ਮੈਂ ਇਹੀ ਕਹਿ ਰਿਹਾ ਜੋ ਵੀ ਤੁਹਾਡੀਆਂ ਮੰਗਾਂ ਨੇ ਇੱਕ ਵਾਰੀ ਸਾਨੂੰ ਪਾਵਰ 'ਚ ਲਿਆਓ ਅਸੀਂ ਕੋਸ਼ਿਸ਼ ਕਰਾਂਗੇ ਜੀ ਜੋ ਵੀ ਤੁਹਾਡੇ ਕਿੱਸੇ ਗਿਲੇ ਆ ਤੁਸੀਂ ਅੱਜ ਕਾਫੀ ਲੋਕਾਂ ਨੂੰ ਮਿਲੇ ਹੋ ਕਿਸ ਤਰ੍ਹਾਂ ਦਾ ਪਿਆਰ ਲੋਕਾਂ ਦੇ ਦੇਖਣ ਨੂੰ ਬਹੁਤ ਅੱਛਾ ਮੈਂ ਜਿਵੇਂ ਦੱਸਿਆ ਜੀ ਮੋਗੇ ਦੂਜੀ ਵਾਰੀ ਆਇਆ ਪਹਿਲੀ ਵਾਰੀ ਮੈਂ ਉਦੋਂ ਆਇਆ ਸੀ ਜਦੋਂ ਮੇਰੀ ਫਿਲਮ ਸਟਾਰਟ ਹੋਣੀ ਸੀ ਬੁਰਰਾ ਅਤੇ ਅੱਜ ਦੂਜੀ ਵਾਰ ਮੈਨੂੰ ਮੌਕਾ ਮਿਲਿਆ ਮੋਗੇ ਆਉਣ ਦਾ ਬੜੇ ਪਿਆਰੇ ਲੋਕ ਨੇ ਇੱਥੇ ਉਦੋਂ ਵੀ ਬਹੁਤ ਪਿਆਰ ਮਿਲਿਆ ਸੀ ਅਤੇ ਅੱਜ ਵੀ ਬਹੁਤ ਪਿਆਰ ਮਿਲ ਰਿਹਾ ਕਿਸਾਨੀ ਘਾਲੇ ਦੌਰਾਨ ਇੱਕ ਕਿਸਾਨ ਦੀ ਜਦੋਂ ਮੌਤ ਹੋਈ ਸੀਗੀ ਉਦੋਂ ਉਹਨਾਂ ਨੇ ਕਿਸਾਨਾਂ ਨੇ ਕਾਫੀ ਰੂਪ ਮੋਦੀ ਤੋਂ ਮੰਗਾਂ ਮੰਗਾਈਆਂ ਸੀ ਕੁਛ ਉਹਨਾਂ ਨੇ ਮੰਗ ਲਈਆਂ ਸੀ ਕੁਛ ਰਹਿੰਦੇ ਉਸੇ ਦੌਰਾਨ ਉਹਨਾਂ ਦੀਆਂ ਕਿਸਾਨੀ ਮੰਗਾਂ ਹਜੇ ਤੱਕ ਬਰਕਰਾਰ ਹੈ ਮੈਂ ਉਹੀ ਕਹਿ ਰਿਹਾ ਕਿ ਇੱਕ ਡੈਡ ਨੇ ਵੀ ਉਦਣ ਕਿਹਾ ਸੀਗਾ ਕਿ ਤੁਸੀਂ ਐਟਲੀਸਟ ਮੈਨੂੰ ਮੌਕਾ ਤਾਂ ਦਿਓ ਇੱਕ ਤੁਸੀਂ ਸਾਰਿਆਂ ਨੂੰ ਮੌਕਾ ਦਿੱਤਾ ਜੀ ਦੇਖ ਕੇ ਮੌਕਾ ਦੇ ਕੇ ਦੇਖਿਆ ਵੀ ਆ ਔਰ ਮੈਨੂੰ ਇਹ ਵੀ ਪਤਾ ਡੈਡੀ ਜੀ ਨੇ ਹਮੇਸ਼ਾ ਹੱਕ ਸੱਚ ਦੀ ਲੜਾਈ ਲੜੀ ਆ ਚਾਹੇ ਉਹ ਕੁਛ ਵੀ ਹੋਣ ਇਟਸ ਨੋਟ ਅਬਾਊਟ ਪਾਰਟੀ ਜਾਂ ਕੁਛ ਵੀ ਇੱਕ ਵਾਰੀ ਸਾਡੇ ਹੱਥ ਪਾਵਰ ਹੋਊਗੀ ਤੁਸੀਂ ਕਹਿਣ ਜੋਗੇ ਤਾਂ ਹੋਵਾਂਗੇ ਉਹਨਾਂ ਨੂੰ ਕਿ ਜੋ ਵੀ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਣ